ਬਖਸ਼ਿਆ ਅੱਲਾ ਤਾਲਾ ਇਹ ਨਨਕਾਣੇ ਦਾ ਨਾਂ ਬਦਲ ਗਿਆ ਸੀ, ਗੁਲਾਮਾਂ ਨੇ ਮੁਸਤਫਾ ਸ਼ਹਿਰ ਦਾ ਨਾਂ ਰੱਖਾ। ਇੱਕ ਬੇਹੱਦ ਬੁਰੀ ਖਬਰ ਆ ਰਹੀ ਹੈ ਪਾਕਿਸਤਾਨ ਤੋਂ, ਜਿੱਥੇ ਕੁਝ ਫਿਰਕਾ ਪ੍ਰਸਤ ਤੇ ਕੱਟੜਪੰਥੀਆਂ ਵੱਲੋਂ ਗੁਰਦੁਆਰਾ ਨਨਕਾਣਾ ਸਾਹਿਬ ਤੇ ਹਮਲਾ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹਨਾਂ ਕੱਟੜਪੰਥੀਆਂ ਵੱਲੋਂ ਗੁਰਦੁਆਰਾ ਨਨਕਾਣਾ ਸਾਹਿਬ ਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ ਅਤੇ ਸਿੱਖਾਂ ਨੂੰ ਪਾਕਿਸਤਾਨ ਚੋਂ ਬਾਹਰ ਕੱਢਣ ਦੀ ਗੱਲ ਵੀ ਕੀਤੀ ਗਈ। ਵੀਡੀਓ ਵਿੱਚ ਇੱਕ ਵਿਅਕਤੀ ਸਿੱਖਾਂ ਨੂੰ ਪਾਕਿਸਤਾਨ ਤੋਂ ਬਾਹਰ ਕੱਢਣ ਅਤੇ ਨਨਕਾਣਾ ਸਾਹਿਬ ਦਾ ਨਾਮ ਬਦਲਣ ਦੀ ਗੱਲ ਵੀ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਭੀੜ ਨੂੰ ਉਕਸਾਉਣ ਪਿੱਛੇ ਮੁਹੰਮਦ ਹਸਨ ਨਾਮੀ ਵਿਅਕਤੀ ਦਾ ਹੱਥ ਹੈ। ਮੁਹੰਮਦ ਹਸਨ ਉਹ ਵਿਅਕਤੀ ਹੈ ਜਿਸ ਵੱਲੋਂ ਇੱਕ ਸਿੱਖ ਲੜਕੀ ਨੂੰ ਅਗਵਾ ਕਰ ਉਸਦਾ ਜਬਰੀ ਧਰਮ ਪਰਿਵਰਤਨ ਕੀਤਾ ਗਿਆ ਸੀ। ਆਓ ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓ ਜਿਸ ਵਿੱਚ ਇੱਕ ਕੱਟੜਪੰਥੀ ਸਿੱਖਾਂ ਨੂੰ ਪਾਕਿਸਤਾਨ ਚੋਂ ਬਾਹਰ ਕੱਢਣ ਦੀ ਗੱਲ ਕਰ ਰਹੇ ਨੇ। ਪੂਰੇ ਸਿੱਖ ਜਗਤ ਵਿੱਚ ਇਸ ਘਟਨਾ ਦਾ ਰੋਸ ਪਾਇਆ ਜਾ ਰਿਹਾ ਹੈ ਅਤੇ ਅਮਨ ਪਸੰਦ ਲੋਕਾਂ ਵੱਲੋਂ ਇਸ ਘਟਨਾ ਦੀ ਨਿੰਦਾ ਵੀ ਕੀਤੀ ਜਾ ਰਹੀ ਹੈ। ਦਿੱਲੀ ਤੋਂ ਮਨਜਿੰਦਰ ਸਿੰਘ ਸਿਰਸਾ ਵੱਲੋਂ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਜੀ ਅੱਜ ਪਾਕਿਸਤਾਨ ਦੇ ਨਨਕਾਣਾ ਸਾਹਿਬ ਅੰਦਰ ਬੜਾ ਹੀ ਦਿਲ ਦਲਾਉਣ ਵਾਲਾ ਦ੍ਰਿਸ਼ ਹੋਇਆ ਜਦੋਂ ਜੁੰਮੇ ਦੀ ਨਮਾਜ਼ ਤੋਂ ਬਾਅਦ ਉੱਥੇ ਨਾਰੇ ਬੁਲੰਦ ਕੀਤੇ ਗਏ ਕਿ ਪਾਕਿਸਤਾਨ ਦੇ ਨਨਕਾਣਾ ਸਾਹਿਬ ਸਿੱਖਾਂ ਨੂੰ ਰਹਿਣ ਨਹੀਂ ਦਿੱਤਾ ਜਾਏਗਾ, ਇਨਸ਼ਾਅੱਲਾ ਇੱਥੇ ਇੱਕ ਵੀ ਸਿੱਖ ਨੂੰ ਰਹਿਣ ਨਹੀਂ ਦਿੱਤਾ ਜਾਏਗਾ। ਔਰ ਇੱਥੋਂ ਤਾਈਂ ਕਿਹਾ ਗਿਆ ਕਿ ਨਨਕਾਣਾ ਸਾਹਿਬ ਜੋ ਪਵਿੱਤਰ ਨਾਮ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ ਆ ਉਸਦਾ ਨਾਮ ਬਦਲ ਕੇ ਮੁਸਤਫਾ ਗੁਲਾਮ ਮੁਸਤਫਾ ਦੇ ਨਾਮ ਤੇ ਰੱਖ ਦਿੱਤਾ ਜਾਏਗਾ ਔਰ ਸਿੱਖਾਂ ਨੂੰ ਇੱਥੋਂ ਭਜਾਇਆ ਜਾਏਗਾ। ਉੱਥੇ ਇਹ ਸਾਰੇ ਘਟਨਾਕ੍ਰਮ ਹੁਣ ਉੱਥੇ ਚੱਲ ਰਿਹਾ ਇਸ ਵੇਲੇ ਔਰ ਉੱਥੋਂ ਦੇ ਸਿੱਖਾਂ ਦਾ ਮੈਨੂੰ ਫੋਨ ਆਇਆ, ਬੜੀ ਦਹਿਸ਼ਤ ਅੰਦਰ ਨੇ, ਉਹਨਾਂ ਦੇ ਘਰਾਂ ਦੇ ਅੱਗੇ ਦਰਵਾਜ਼ੇ ਖੜਕਾ ਖੜਕਾ ਕੇ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਔਰ ਉਹਨਾਂ ਨੂੰ ਕਹਿ ਰਿਹਾ ਕਿ ਤੁਹਾਨੂੰ ਅਸੀਂ ਜਿੰਦਾ ਨਹੀਂ ਛੱਡਾਂਗੇ, ਇਹ ਨਨਕਾਣਾ ਛੱਡੋ। ਇਹ ਉਹ ਲੋਕ ਨੇ ਜਿਨ੍ਹਾਂ ਨੇ ਪਿਛਲੇ ਦਿਨਾਂ ਅੰਦਰ ਜਗਜੀਤ ਨੂੰ ਅਗਵਾ ਕੀਤਾ ਸੀ ਔਰ ਉਹਦਾ ਜਬਰਨ ਧਰਮ ਬਦਲਿਆ ਸੀ। ਇਹਨਾਂ ਦਾ ਗੁੱਸਾ ਇਹ ਆ ਕਿ ਜਗਜੀਤ ਦੇ ਮਾਂ ਬਾਪ ਨੇ ਇਹਨਾਂ ਤੋਂ ਕੁੜੀ ਵਾਪਸ ਕਿਉਂ ਮੰਗੀ, ਇਸ ਕਰਕੇ ਇਹ ਸਿੱਖਾਂ ਦੇ ਅੰਦਰ ਦਹਿਸ਼ਤ ਪਾਉਣ ਵਾਸਤੇ ਇਕੱਠੇ ਹੋ ਕੇ ਤੇ ਸਾਰੇ ਬਾਜ਼ਾਰ ਦੇ ਅੰਦਰ ਮੁਜ਼ਾਹਰੇ ਕਰਦੇ ਪਏ ਨੇ। ਮੈਂ ਪਾਕਿਸਤਾਨ ਦੀ ਸਰਕਾਰ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਜੀ ਨੂੰ, ਦੇਸ਼ ਦੇ ਮੰਤਰੀ ਗ੍ਰਹਿ ਮੰਤਰੀ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹੈ, ਇਹਨਾਂ ਸਿੱਖਾਂ ਦੀ ਹਿਫਾਜ਼ਤ ਦੀ ਤੁਸੀਂ ਚਿੰਤਾ ਕਰੋ। ਇਹ ਬਹੁਤ ਦਹਿਸ਼ਤ ਅੰਦਰ ਨੇ, ਡਰਾਇਆ ਜਾ ਰਿਹਾ ਮਿਨੋਰਟੀਜ਼ ਨੂੰ ਕਿਉਂਕਿ ਚੰਦ ਸਿੱਖ ਨੇ ਉੱਥੇ ਰਹਿੰਦੇ ਨੇ। ਇਹ ਬਹੁਤ ਹੀ ਇੱਕ ਬਹੁਤ ਵੱਡਾ ਹਮਲਾ ਹੈ ਮਿਨੋਰਟੀਜ਼ ਦੇ ਉੱਤੇ ਹੁਣ ਤੱਕ ਦਾ, ਜਦੋਂ ਸ਼ਰੇਆਮ ਸੜਕ ਦੇ ਉੱਤਰ ਕੇ ਤੇ ਸਿੱਖਾਂ ਨੂੰ ਮਾਰਨ ਦੀ ਗੱਲ, ਸਿੱਖਾਂ ਨੂੰ ਨਨਕਾਣਾ ਤੋਂ ਛੱਡਣ ਦੀ ਗੱਲ ਔਰ ਨਨਕਾਣਾ ਸਾਹਿਬ ਦਾ ਨਾਮ ਬਦਲਣ ਦੀ ਗੱਲ ਕੀਤੀ ਜਾ ਰਹੀ ਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿੱਥੇ ਦਾ ਪੁਰਜ਼ੋਰ ਖੰਡਨ ਕਰਦੀ ਆ, ਜਿੱਥੇ ਪੁਰਜ਼ੋਰ ਇਹਦਾ ਵਿਰੋਧ ਕਰਦੀ ਆ, ਉੱਥੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਡੇ ਭਰਾ ਪਾਕਿਸਤਾਨ ਅੰਦਰ ਸੇਫ ਤੇ ਸੁਰੱਖਿਅਤ ਰਹਿਣ। ਬਿਊਰੋ ਰਿਪੋਰਟ, ਜੀਵੇ ਪੰਜਾਬ ਟੀਵੀ।